ਸਰਪ੍ਰਾਈਜ਼ ਆ ਰਿਹਾ, ਪਿੰਡ ਵੀ ਕਿਸੇ ਨੂੰ ਨਹੀਂ ਪਤਾ, ਮਤਲਬ ਤੈਨੂੰ ਮੈਂ ਉਹ ਦੱਸ ਬੈਠਾ ਵੱਖਰੀ ਗੱਲ, ਬਾਕੀ ਕਿਸੇ ਨੂੰ ਨਹੀਂ ਪਤਾ, ਸਰਪ੍ਰਾਈਜ਼ ਆ ਰਿਹਾ ਬੜਾ ਵਧੀਆ। ਅਤੇ ਚੱਲਿਆ ਮੈਂ ਲੈਣ, ਹੁਣ ਮੈਨੂੰ ਫੋਨ ਆ ਗਿਆ ਕੋਰੀ ਡਿਲੀਵਰੀ ਵਾਲਿਆਂ ਦਾ, ਕਹਿੰਦੇ ਰਸਤੇ 'ਚੋਂ ਲੈ ਲਓ ਆਣ ਕੇ। ਅਣਦ ਆਇਆ ਹੁਣ ਗਰਾਊਂਡ 'ਚ, ਤਾਂ ਅਣਦੇ ਖੁੱਲੀਆਂ ਪੈ ਗਈਆਂ। ਅਣ ਤੈਨੂੰ ਪਤਾ ਪਾਪਾ ਕਿੱਥੇ ਗਏ? ਸਰਪ੍ਰਾਈਜ਼ ਮੈਨੂੰ ਪਤਾ ਵਾ ਕਿੱਥੇ ਗਏ ਆ, ਪਰ ਮੈਂ ਦੱਸਣਾ ਨਹੀਂ। ਆਨੰਦ ਨੇ ਨਾਨੂ ਨੂੰ ਬਾਹਰ ਬਿਠਾਇਆ ਕਿ ਸਰਪ੍ਰਾਈਜ਼, ਅਤੇ ਨਾਨੂ ਨੂੰ ਨਹੀਂ ਦੱਸਣਾ। ਨਾਨੂ ਕਹਿੰਦੇ ਚਲੋ ਅੰਦਰ, ਮੱਛਰ ਬੜਾ ਵਾ। ਕਹਿੰਦੀ ਨਹੀਂ, 2 ਮਿੰਟ ਖਲੋ ਜਾਓ, ਮੈਂ ਨਾਨੀ ਤਾਕਸ਼ੀ ਖੇਡ ਲਓ। ਤਾਂ ਹੁਣ ਤਾਕਸ਼ੀ ਖੇਡਣ ਦੇ ਵੇਖਦੇ ਆਪਾਂ। ਵੇਖ ਕੇ ਦੱਸਿਓ ਸੋਹਣਾ ਕਿ ਨਹੀਂ, ਰਾਤੀ ਮੈਂ ਦਿਖਾ ਤਾ ਵੀਡੀਓ ਕਾਲ ਤੇ ਸਾਰਿਆਂ ਨੂੰ। ਇੱਕ ਚੀਜ਼ ਲਿਆਂਦੀ ਬੀਬੀ ਨਵੀਂ, ਆਓ ਤੁਹਾਨੂੰ ਵਿਖਾਵਾਂ, ਦੱਸਿਓ ਵੇਖ ਕੇ, ਨਾਲੇ ਚੰਗੀ ਆ ਵੇਖ ਕੇ ਦੱਸਿਓ। ਮੈਂ ਕਿਹਾ ਚੰਗੀ ਆ, ਆ ਬਾਹਰ ਆਉਂਗੇ ਲੱਗੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਕਰਦਾ ਜੀ ਤੁਹਾਡਾ ਮੈਂ ਆਪਣੇ ਯੂਟਿਊਬ ਚੈਨਲ ਤੇ। ਤੇ ਹੁਣ ਟਾਈਮ ਹੋ ਗਿਆ ਘੜੀ, ਨਹੀਂ ਟਾਈਮ ਕਿੰਨਾ ਹੋ ਗਿਆ, ਟਾਈਮ ਬਾਕੀ ਕਿਸੇ ਨੂੰ ਚਲੋ ਜੋ ਵੀ ਆ, ਸਰਪ੍ਰਾਈਜ਼ ਆ ਰਿਹਾ, ਪਿੰਡ ਵੀ ਕਿਸੇ ਨੂੰ ਨਹੀਂ ਪਤਾ, ਮਤਲਬ ਤੈਨੂੰ ਮੈਂ ਦੱਸ ਬੈਠਾ ਵੱਖਰੀ ਗੱਲ, ਬਾਕੀ ਕਿਸੇ ਨੂੰ ਨਹੀਂ ਪਤਾ, ਸਰਪ੍ਰਾਈਜ਼ ਆ ਰਿਹਾ ਬੜਾ ਵਧੀਆ। ਅਤੇ ਚੱਲਿਆ ਮੈਂ ਲੈਣ, ਹੁਣ ਮੈਨੂੰ ਫੋਨ ਆ ਗਿਆ ਕੋਰੀ ਡਿਲੀਵਰੀ ਵਾਲਿਆਂ ਦਾ, ਕਹਿੰਦੇ ਰਸਤੇ 'ਚੋਂ ਲੈ ਲਓ ਆਣ ਕੇ। ਅਤੇ ਹੁਣ ਮੈਂ ਵੀਰ ਨੂੰ ਨਾਲ ਲੈ ਕੇ ਤਾਂ ਚੱਲਿਆ, ਹੁਣ ਮੈਂ ਲੈ ਕੇ ਆਉਣਾ, ਅਤੇ ਲੇਟ ਹੋ ਗਿਆ। ਵੀਰ ਨੂੰ ਨਹੀਂ ਪਤਾ, ਕਿਸੇ ਨੂੰ ਨਹੀਂ, ਮੈਂ ਦੱਸਣ ਤਾਂ ਜਾਵਾਂਗਾ, ਕੋਸ਼ਿਸ਼ ਮੇਰੀ ਇਹ ਮੈਂ ਕਿਸੇ ਨੂੰ ਨਾ ਦੱਸਾਂ, ਪਰ ਕੀ ਆ ਤੈਨੂੰ ਦੱਸ ਬੈਠਾ ਜਾਓ, ਤੁਹਾਨੂੰ ਦੱਸਣਾ ਨਹੀਂ, ਇਹੋ ਜਿਹੀ ਲੈ ਦੁੱਖ। ਅਤੇ ਵੀਰ ਨੂੰ ਨਹੀਂ ਪਤਾ ਮੈਂ ਕਿੱਥੇ ਚੱਲਿਆ ਲੈ ਕੇ, ਮੈਨੂੰ ਤਾਂ ਪਤਾ ਨਹੀਂ। ਬਾਈਪਾਸ ਤੱਕ ਮੈਂ ਵੀਰ ਨੂੰ, ਮੈਂ ਕਿਹਾ ਮੈਨੂੰ ਇਹ ਲੋ ਵੀ ਜੀ, ਤੁਹਾਨੂੰ ਬਾਈਪਾਸ ਤੱਕ ਛੱਡ ਆਉਣ, ਮੈਂ ਕਿਹਾ ਬਾਈਪਾਸ ਤੱਕ ਜਾ ਕੇ ਤੁਰ ਕੇ ਆਵਾਂ ਪਾਪੀ ਡਾਉ, ਬਾਈਪਾਸ ਤੱਕ ਜਾਣਾ ਵੀਰ ਨੂੰ, ਮੈਂ ਕਿਹਾ ਆਉਂਦੇ ਆ ਵੀਰ ਜੋ, ਉਹਨਾਂ ਨੂੰ ਲੈ ਕੇ ਆਉਣਾ ਉੱਥੇ ਬਿਠਾ ਕੇ, ਵਧੀਆ ਆਪਾਂ ਤੇਰੀ ਕਰੋ ਵੀ, ਚਲੋ ਫਿਰ ਮਿਲਦੇ ਤੁਹਾਨੂੰ ਸਰਪ੍ਰਾਈਜ਼ ਦੇ ਨਾਲ। ਮੈਂ ਤਾਂ ਵੀਰ ਜੀ ਹੁਣ ਪਹੁੰਚ ਗਿਆ ਬਾਈਪਾਸ 'ਤੇ, ਅਤੇ ਗੱਡੀ ਆਪਾਂ ਲਾਤੀ ਵਾ, ਅਤੇ ਆਹ ਰਹਿ ਗਿਆ ਸਾਡਾ ਰੋਡ ਪਿੰਡ ਵਾਲਾ, ਲੁਹਾਰਕਾ ਰੋਡ ਅੰਮ੍ਰਿਤਸਰ ਰੋਡ, ਅਤੇ ਆਹ ਇੱਧਰ ਆ ਗਿਆ ਬਾਈਪਾਸ, ਇੱਥੇ ਟਾਈਮ ਦਿੱਤਾ ਉਹਨਾਂ ਸਾਨੂੰ ਬਾਈਪਾਸ ਦਾ, ਕਹਿੰਦੇ ਬਾਈਪਾਸ 'ਤੇ ਰੁਕਿਓ ਅਸੀਂ ਆਉਂਦੇ ਹਾਂ। ਅਤੇ ਹੁਣ ਵੇਖੋ ਕਦੋਂ ਆਉਂਦੇ ਆ, ਟਾਈਮ ਤਾਂ ਨਾ ਕਿਹਾ ਅਸੀਂ 10 ਵਜੇ ਆ ਜਾਵਾਂਗੇ, ਅਤੇ ਅਸੀਂ ਤਾਂ 10 ਮਿੰਟਾਂ 'ਚ ਪਹੁੰਚ ਗਏ, 8 ਵਜੇ ਅਸੀਂ ਘਰੋਂ ਉਤਰ ਰਹੇ, 10 ਕੁ ਮਿੰਟਾਂ 'ਚ ਆ ਗਏ ਅਸੀਂ। ਅਤੇ ਹੁਣ ਵੇਹਦੇ ਹਾਂ ਕਿੰਨੇ ਟਾਈਮ 'ਚ ਆਉਂਦੇ ਹੋ ਵੀ। ਅਣਦ ਆਇਆ ਹੁਣ ਗਰਾਊਂਡ 'ਚ, ਅਤੇ ਅਣਦ ਦੇ ਖੁੱਲੀਆਂ ਪੈ ਗਈਆਂ। ਅਣ ਤੈਨੂੰ ਪਤਾ ਪਾਪਾ ਕਿੱਥੇ ਗਏ? ਸਰਪ੍ਰਾਈਜ਼ ਮੈਨੂੰ ਪਤਾ ਵਾ ਕਿੱਥੇ ਗਏ ਆ, ਪਰ ਮੈਂ ਦੱਸਣਾ ਨਹੀਂ। ਵੇਟ ਕਰੋ ਨਾਲੇ ਫਿਲਮ ਵੇਖੋ, ਉਧਰੋਂ ਐਂਡ ਹੋ ਜਾਣਾ, ਉਧਰੋਂ ਪਾਪਾ ਉਹਨਾਂ ਨੇ ਆ ਜਾਣਾ, ਸਰਪ੍ਰਾਈਜ਼ ਦਾ ਵੀ ਐਂਡ ਹੋ ਜਾਣਾ, ਅਤੇ ਫਿਲਮ ਦਾ ਵੀ ਐਂਡ ਹੋ ਜਾਣਾ, ਹੈ ਨਾ। ਚਲੋ ਦਿੰਦੇ ਫਿਰ ਤੁਹਾਨੂੰ ਸਰਪ੍ਰਾਈਜ਼। ਆਨੰਦ ਨੇ ਨਾਨੂ ਨੂੰ ਬਾਹਰ ਬਿਠਾਇਆ ਕਿ ਸਰਪ੍ਰਾਈਜ਼, ਅਤੇ ਨਾਨੂ ਨੂੰ ਨਹੀਂ ਦੱਸਣਾ। ਨਾਨੂ ਕਹਿੰਦੀ ਚਲੋ ਅੰਦਰ, ਮੱਛਰ ਬੜਾ ਵਾ। ਕਹਿੰਦੀ ਨਹੀਂ, 2 ਮਿੰਟ ਖਲੋ ਜਾਓ, ਮੈਂ ਨਾਨੀ ਤਾਕਸ਼ੀ ਖੇਡ ਲਓ। ਤਾਂ ਹੁਣ ਤਾਕਸ਼ੀ ਖੇਡਣ ਦੇ ਵੇਖਦੇ ਆਪਾਂ। ਤੂੰ ਕੀ ਆਣਦੇ ਆ, ਨਾਨੂ ਨੂੰ ਆਉਣ ਨਹੀਂ ਦੇਣ ਦੀ ਅੰਦਰ, ਹੈ ਸਰਪ੍ਰਾਈਜ਼ ਆ ਰਿਹਾ ਹੈ, ਕਾਹਦਾ ਸਰਪ੍ਰਾਈਜ਼ ਆ ਰਿਹਾ ਇਹ ਪਤਾ ਤਾਂ ਕਿਸੇ ਨੂੰ ਨਹੀਂ ਆ।
ਕਿਹੜਾ ਸਰਪ੍ਰਾਈਜ਼ ਆਉਂਦਿਆ ਆਨੰਦ ਕਿਸੇ ਨੂੰ ਨਹੀਂ ਪਤਾ ਫਿਰ ਮੈਂ ਤੁਹਾਨੂੰ ਵਿਚਾਰ ਨੂੰ ਮੱਛਰ ਲੜਾਉਂਦੀ ਬਾਹਰ ਤੁਹਾਨੂੰ ਪਤਾ ਨਾ ਮੈਨੂੰ ਤਾਂ ਪਤਾ ਵਾ ਕਿੱਧਰ ਗਏ ਪਾਣੀ ਕਿੱਧਰ ਗਏ ਆਉਣ ਹੀ ਨਹੀਂ ਦੇ ਹੁਣ ਦੋ ਮਿੰਟ ਹੋਰ ਬਹਿ ਜਾ ਮੱਛਰ ਪੰਜ ਮਿੰਟ ਹੋ ਗਏ ਚਾਰ ਮਿੰਟ ਰਹਿ ਗਏ ਹੁਣ ਬਾਅਦ ਤਿੰਨ ਮਿੰਟ ਰਹਿ ਜਾਣ ਬਾਅਦ ਦੋ ਫਿਰ ਇੱਕ ਫਿਰ ਸਰਪ੍ਰਾਈਜ਼ ਤੁਹਾਨੂੰ ਮੱਛਰ ਲੜਾ ਕੇ ਅੰਦਰ ਖੜਨਾ ਹੋਈ ਹੁਣ ਆਪਣੀ ਗੱਡੀ ਮੋੜ ਲਓ ਤੁਸੀਂ ਇਹ ਰੋਂਦੀ ਤਾਕਸ਼ ਲਈ ਖੇਡਣ ਦੀ ਨਾਨੂ ਦੇ ਨਾਲ ਤੇ ਨਾਨੂ ਅੰਦਰ ਨਾ ਚੱਲ ਜਾਣਾ ਹਨਾ ਉਹਨਾਂ ਦਾ ਅੱਗੇ ਪਹਿਲਾਂ ਨਾਨੂ ਨਾਨੂ ਦੇ ਰੂਮ 'ਚ ਨਹੀਂ ਜਾਣ ਦਿੰਦੇ ਹਾਂ ਛੱਡੋ ਪਹਿਲਾਂ ਮੈਂ ਨਾਨੂ ਨੂੰ ਫਿਰ ਸ਼ਾਬਾਸ਼ ਮਿੱਤੂ ਬੜੀ ਵਧੀਆ ਹੈ ਪਰ ਹਿੰਦੀ 'ਚ ਜਿੰਨੇ ਵੇਖਣੀ ਉਹ ਵੇਖ ਲਿਓ ਕੀ ਸ਼ਾਬਾਸ਼ ਮਿੱਤੂ ਫਿਲਮ 'ਚ ਕ੍ਰਿਕਟ ਨਾ ਬਣੀ ਬੜੀ ਵਧੀਆ ਉਹ ਵਿਖਾਈ ਜਾਣਦੇ ਨੇ ਨਾਨੂ ਨੂੰ ਪਹਿਲਾਂ ਸਾਰੀ ਕਹਿਣਾ ਨਾਨੂ ਆਪਣੇ ਕਮਰੇ 'ਚ ਚੱਲ ਜਾਣ ਹਨਾ ਨਾਨੂ ਫਿਰ ਤਿਆਰ ਹੋ ਕੇ ਜਾਣਾ ਮੈਂ ਫਿਫਥ ਵਾਰ ਵੇਖੀ ਹੁਣ ਨਾਨੂ ਨੂੰ ਮਤਲਬ ਨਾਨੂ ਨਾ ਨਹੀਂ ਉੱਦਾਂ ਮਤਲਬ ਮੈਂ ਫਿਫਥ ਵਾਰ ਵੇਖੀ ਇਹ ਕੀ ਪਿਆਰ ਨੋ ਫਿਲਟਰ ਯੈਸ ਆਈ ਐਮ ਬਿਊਟੀਫੁਲ ਵਿਦਆਊਟ ਫਿਲਟਰ ਮੈਂ ਆਪ ਨੂੰ ਫਿਲਟਰ ਲਾਉਂਦੀ ਹਾਂ ਨਾ ਹਾਂ ਪਤਾ ਕਿੰਨੇ ਕਿੰਨੀ ਆਣਾ ਤਾਂ ਨਾਨੂੰ ਅੰਦਰ ਹੀ ਨਹੀਂ ਜਾਣ ਦੇ ਦਿੰਦੀ ਆਣਾ ਨਾਨੂੰ ਚੱਲ ਚੱਲੇ ਹੀ ਆਵੇ ਜਾਣ ਕੇ ਕਿੱਦਾਂ ਪੂਗਾ ਤੇ ਬੰਦ ਐਕਸਾਈਟਿਡ ਦੋਵੇਂ ਜਾਣੇ ਪਰ ਨਾਨੂੰ ਨੂੰ ਨਹੀਂ ਪਤਾ ਵੀ ਕੀ ਚੀਜ਼ ਆਉਣੀ ਆ ਆਣਾ ਤੁਹਾਨੂੰ ਇੰਨਾ ਪਤਾ ਕੋਈ ਚੀਜ਼ ਆਉਣੀ ਆ ਪਰ ਇੰਨਾ ਨਹੀਂ ਪਤਾ ਕੀ ਆਉਣਾ ਵਾ ਮੈਨੂੰ ਪਤਾ ਵਾ ਕੀ ਆਉਣਾ ਵਾ ਪਰ ਮੈਂ ਦੱਸ ਨਹੀਂ ਸਕਦੀ ਹੈ ਜੀ ਅੰਦਰੋਂ ਕੁੰਡੀ ਕਾਹਦੇ ਵਾਸਤੇ ਲਾਉਣੀ ਕੈਮਰੇ ਅੱਗੇ ਚੱਲ ਜੀ ਕੈਮਰਾ ਆਪੇ ਜਗ ਪੈਂਦਾ ਆਨੰਦ ਆਨੰਦ ਤੇ ਬਹੁਤ ਹਾਸੇ ਆਨੰਦ ਤੇ ਇੰਜ ਕਰਨ ਦੀ ਜਿੱਦਾਂ ਨਾਨੂ ਨੇ ਉੱਠ ਕੇ ਆਪੇ ਚੱਲ ਜਾਣਾ ਹੁੰਦਾ ਦਰਵਾਜ਼ਾ ਵੀ ਬੰਦ ਕਰਨ ਦੀ ਇਹਦੇ ਨਾਲ ਦਰਵਾਜ਼ਾ ਬੰਦ ਹੋ ਜੂਗਾ ਬੂਹੇ ਗਲਾ ਤੇ ਦੱਸ ਇਹ ਖੁੱਲ੍ਹ ਲਗਾਉਣਾ ਨਾ ਕਰ ਹੱਦ ਪਾਗਲ ਐਵੇਂ ਆੜ ਉੜ ਕੇ ਕੋਈ ਡਿੱਗ ਜੂਗਾ ਸਾਈਡ ਤੇ ਕਰਦੇ ਹਾਂ ਕਰਦੇ ਨਹੀਂ ਜਾਂਦੇ ਨਾਨੂੰ ਅੰਦਰ ਇੱਧਰ ਸਾਈਡ ਤੇ ਕਰਦੇ ਤੁਸੀਂ ਰੋਜ਼ ਕਹਿੰਦੇ ਹੋ ਇਹ ਛੋਟੀ ਮਸ਼ੀਨ ਵੱਡੀ ਲਿਆਓ ਹਨਾ ਹੁਣ ਹੁਣ ਅਸੀਂ ਵੱਡੀ ਲੈ ਆਉਂਦੀ ਹਨਾ ਤੰਗ ਕਰਨ ਦੀ ਹੋਣਾ ਉਹਨਾਂ ਦਾ ਕੋਈ ਵੇਟ ਨੀ ਆਉਂਦੀ ਹਨਾ ਤਾਂ ਇੰਨੀ ਐਕਸਾਈਟਿਡ ਹੈ ਇੰਨੀ ਐਕਸਾਈਟਿਡ ਹੈ ਨਾ ਦੱਸਦਾ ਤੈਨੂੰ ਦੱਸਦਾ ਕੀ ਆਉਣਾ ਨਾ 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 ਫਿਰ ਸੀਕਰਟ ਕੀ ਰਹਿ ਗਿਆ ਨਾਨੂ ਨੂੰ ਵਿਚਾਰੇ ਨੂੰ ਮੱਛਰ ਚ ਬਿਠਾਇਆ ਇਹ ਵੇਲੇ ਮੱਛਰ ਬੜਾ ਹੁੰਦਾ ਵੈਸੇ ਪੱਖਾ ਲਾਇਆ ਹੁੰਦਾ ਅੱਜ ਲਾਇਆ ਨੀ ਗੈਸ ਕਰੋ ਅੱਜ ਵੱਖਾ ਵਾ ਕਦੀ ਮਸ਼ੀਨ ਨੀ ਨਾਨੂ ਨਾਨੂ ਕਹਿੰਦੇ ਕਦੀ ਕਹਿੰਦੇ ਮਸ਼ੀਨ ਨੀ ਲਿਆ ਰਿਹਾ ਵੱਡੀ ਕਦੀ ਕਹਿੰਦੇ ਗੱਡੀ ਤੇ ਨੀ ਲਿਆ ਰਿਹਾ ਅਜੇ ਗੈਸ ਗੈਸ ਗੈਸ
ਹਾਂ ਇਹਦੀ ਬੜੀ ਸੋਹਣੀ ਸਮੈਲ ਹੁੰਦੀ ਆ। ਖਟ ਉਹ ਸ਼ੋ ਵੀ ਨਿਸ਼ਾਂਗਤੀ ਹੁਣ ਹਾਂ ਸ਼ਾਂਗਤਾ ਬੂਟਾ ਤੇ ਫੁੱਲ ਬੜੀ ਸੋਹਣੀ ਹੁੰਦੀ ਆ। ਉਹ ਵੱਲਾਂ ਵੀ ਸੁੱਕ ਗਈਆਂ ਸੀ ਆਪਣੀਆਂ ਬੜੀਆਂ ਵੰਡੀਆਂ ਸੀ ਹੱਲਾਂ ਗਰਮੀ ਵੀ ਕਿੰਨੀ ਪੈਂਦੀ। ਹੁਣ ਤਾਂ ਪਾਗਲ ਹੋ ਗਈ ਪਾਗਲ। ਕੀ ਫੋਨ ਕੀਤਾ ਕੀ ਫੋਨ ਕੀਤਾ ਆਨੰਦ ਪਾਗਲ ਹੋ ਗਈ ਛੇਤੀ ਆ ਜਾਓ ਮੈਂ ਕਿਹਾ ਆਨੰਦ ਪਾਗਲ ਹੋ ਗਈ ਨਾਨੂ ਮੁਸ਼ਰ ਕੱਟ ਕੱਟ ਕੇ ਪਾਗਲ ਹੋ ਗਈ। ਆ ਗਈ ਆ ਜਾਉਂਦੀ ਆ ਗਈ ਆ ਗਈ ਵੇਟ 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 ਸਰਪ੍ਰਾਈਜ਼ ਗੱਡੀ ਆ ਗਈ ਇਹ ਤਾਂ ਗੱਡੀ ਆ ਗਈ ਇਹ ਤਾਂ ਗੱਡੀ ਆ ਗਈ ਚਲੋ 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 ਮੈਂ ਕਿਹਾ ਹੈਲੋ ਮੈਂ ਕਿਹਾ ਸਰਪ੍ਰਾਈਜ਼ ਆ ਗਿਆ ਡੈਡੀ ਕਹਿੰਦੇ ਗੱਡੀ ਆ ਗਈ ਫਿਰ ਵੇਟ ਕਰਦੇ ਹੁਣ ਨਾਨੂੰ ਵੇਖਣ ਦੇ ਗੱਡੀ ਆ ਗਈ ਜਾਂਦੀ ਵੇਖੋ ਨਾਨੂ ਨੂੰ ਮਜ਼ਾਕ ਹੀ ਕਰੀ ਜਾਂਦੀ ਨਾਨੂੰ ਕਹਿੰਦੇ ਸੀ ਨਾ ਮੈਂ 6 ਲੱਖ ਵਾਲੀ ਮਸ਼ੀਨ ਲੈ ਕੇ ਆਉਣੀ ਤੁਸੀਂ 1.5 ਲੱਖ ਦੀ ਲਿਆਂਦੀ ਹਨਾ ਆਨੰਦ ਆ ਗਏ ਆਨੰਦ ਦੀ ਨਿਊ ਰਾਈਡ ਆ ਗਈ ਆ ਜਾਓ ਜੀ ਵਧੀਆ ਹੋਣਾ ਨਾ ਪੈ ਲੈਣੀ ਕਿ ਬਾਕੀ ਜਾ ਪੈ ਜਾ ਮਗਰ ਪਾਗਲ ਹੋ ਗਏ ਬਾਬਾ ਗਾੜੀ ਕੋਲ ਲੈ ਜਾਓ ਤੁਹਾਨੂੰ ਵਧਾਈ ਹੋਣ ਵੀਰ ਜੀ ਨਵਾਂ ਸਾਰਾ ਹੀ ਇਹ ਨਵਾਂ ਬਣਾਇਆ ਬੰਬੂ ਕਾਟ ਕੇ ਕੀ ਹੁੰਦਾ ਬਹੁਤ ਸੋਹਣਾ ਵਧਾਈਆਂ ਹੋਣ ਜੀ ਡੈਡੀ ਕਹਿੰਦੇ ਮਸ਼ੀਨ ਲਿਆਉਣ ਲੱਗੇ ਜੇ ਆਪਦੀ ਤੁਸੀਂ 6 ਲੱਖ ਵਾਲੀ ਤੇ ਡੈਡੀ ਕਹਿੰਦੇ ਗੱਡੀ ਲਿਆਉਂਦੇ ਆ ਤੁਸੀਂ ਕੀ ਸੋਚਿਆ ਗੱਡੀ ਲਿਆਉਂਦੇ ਹੈਲੋ ਬਾਹਰ ਵਾਲੇ ਉਹ ਵੇਖ ਲੋ ਵੀਰ ਨੂੰ ਵੀ ਉੱਥੇ ਜਾ ਕੇ ਪਤਾ ਲੱਗਾ ਵੀ ਅੱਛਾ ਮੈਂ ਸੋਚਦਾ ਗਿਆ ਕੀ ਆ ਮੈਂ ਸੋਚਿਆ ਸ਼ਾਇਦ ਕੋਈ ਤੁਸੀਂ ਗੱਡੀ ਗੁੱਡੀ ਲੈ ਆ ਤੇ ਜਾਣਾ ਉਹਦਾ ਕਰਕੇ ਮੈਂ ਤਾਂ ਕਰਕੇ ਮੈਨੂੰ ਨਾਲ ਲੈ ਬਹੁਤ ਸੋਹਣਾ ਲੱਗਣ ਦਿਆ
ਸੋਨਾ ਠੀਕ ਆ ਸਵੇਰੇ ਜਾਵਾਂਗੇ ਫੇਰ ਗੁਰਦੁਆਰੇ ਗਿਆ ਮੱਥਾ ਟੇਕਿਆ ਬਾਬਾ ਜੀ ਨੂੰ ਅਰਦਾਸ ਬੇਨਤੀ ਕਰਾਈ ਅੰਦਾ ਉਹ ਲਾਈਟ ਜਗਾਈ ਇੱਕ ਮਿੰਟ ਅੰਦਰ ਚਲ ਆਊਟ ਦੇ ਮੈਨੂੰ ਚਲੋ ਅਣ ਤੂੰ ਵੀ ਬਹਿ ਜਾ ਮੈਂ ਵੀ ਬਹਿ ਨਹੀਂ ਸਾਰੇ ਬਹਿ ਜਾਣ ਸਵੇਰੇ ਚੱਲਾਂਗੇ ਸਵੇਰੇ ਮੱਥਾ ਟੇਕ ਜਾਵਾਂ ਗੁਰਦੁਆਰੇ ਹਾਂ ਕਿੰਨੇ ਚੱਲ ਜਾਣ ਟਾਈਟਲ ਲੋ ਵੀ ਆ ਜੇ ਸਰਪ੍ਰਾਈਜ਼ ਤੇ ਇਹ ਘਰ ਵੀ ਨਹੀਂ ਕਿਸੇ ਨੂੰ ਪਤਾ ਤੇ ਇਹ ਭਰਾਵਾਂ ਦੀ ਮਿਹਰਬਾਨੀ ਦੋਵਾਂ ਦੀ ਜਿਨ੍ਹਾਂ ਨੇ ਇਹਨੂੰ ਤਿਆਰ ਕੀਤਾ ਠੀਕ ਆ ਇਹ ਅਜੇ ਤੱਕ ਮੈਂ ਘਰ ਨਹੀਂ ਜੇ ਦੱਸਿਆ ਵੀਰ ਨੂੰ ਵੀ ਨਹੀਂ ਮੈਂ ਦੱਸਿਆ ਨਾਲ ਲੈ ਕੇ ਆਇਆ ਕਹਿੰਦੇ ਲਿਆਉਣਾ ਕੀ ਮੈਂ ਕਿਹਾ ਸਮਾਨ ਫੜ ਕੇ ਲਿਆਉਣਾ ਕੋਈ ਉੱਥੋਂ ਖਾਦੇ ਤੇਲ ਚੋਂਦੇ ਕਿੰਨੇ ਪੈਸੇ ਲੈਣੇ 500 ਬਿੱਲ ਪਰਚ ਗਈ 100 ਰੁਪਈਆ ਲੈ 50 ਲੈ ਲੈ ਚੱਲ 100 ਚੱਲ 100 ਲੈ ਲੈ ਸਪੈਸ਼ਲ ਖੁਸ਼ ਇਹ ਹੁਣ ਮੋਟਰਸਾਈਕਲ ਤੇਰਾ ਨਾ ਯੈਸ ਤੇਰਾ ਨਾ ਇੱਥੇ ਅੰਕਲ ਜੀ ਆਪਾਂ ਗਰਾਊਂਡ ਜਾਇਆ ਕਰਨਾ ਆਹ ਤੇ ਗਰਾਊਂਡ ਜਾਇਆ ਕਰਨਾ ਗਰਾਊਂਡ ਜਾਇਆ ਕਰਾਂਗੇ ਨਾਲੇ ਪਿੰਡ ਜਾਇਆ ਕਰਾਂਗੇ ਨਾਲੇ ਦੁਕਾਨ ਤੇ ਜਾਇਆ ਕਰਾਂਗੇ ਹਾਂਜੀ ਹਨਾ ਹਾਂਜੀ ਸੁਣ ਇਹ ਫਾਈਨਲੀ ਹੁਣ ਮੋਟਰਸਾਈਕਲ ਜਿਹੜਾ ਮੈਂ ਲੈਣ ਦਾ ਘਰ ਤੇ ਇਹ ਹੁਣ ਅਸੀਂ ਵੇਖ ਸਕਦੇ ਜੇ ਇਹਦਾ ਸਰਪ੍ਰਾਈਜ਼ ਜਿਹੜਾ ਹੈਗਾ ਮੈਂ ਸਾਰਿਆਂ ਨੂੰ ਦਿੱਤਾ ਕਿਸੇ ਨੂੰ ਇਹਦੇ ਬਾਰੇ ਨਹੀਂ ਪਤਾ ਮੋਟਰਸਾਈਕਲ ਬਾਰੇ ਵੀ ਆਉਣ ਡਿਆ ਜਾਂ ਰੈਡੀ ਹੋ ਗਿਆ ਨਹੀਂ ਹੋ ਗਿਆ ਇਹ ਦਿੱਤਾ ਹੈ ਰੈਡੀ ਕਰਨ ਵਾਸਤੇ ਇਹਨੂੰ ਸਾਰਾ ਕੀਤਾ ਹੈ ਮੋਡੀਫਾਈ ਬਹੁਤ ਵਧੀਆ ਕੀਤਾ ਵੀਰ ਨੇ ਥੈਂਕ ਯੂ ਉਹਦਾ ਵੀ ਵੀਰ ਦਾ ਜਿੰਨੇ ਰੈਡੀ ਕਰਕੇ ਦਿੱਤਾ ਅਤੇ ਬਾਕੀ ਅਨਹਦ ਨੂੰ ਤਾਂ ਬਹੁਤ ਪਸੰਦ ਆਇਆ ਸਵੇਰੇ ਲੈਂਦੇ ਝੂਟੇ ਨਾਲੇ ਸਵੇਰੇ ਜਾਂਦੇ ਮੱਥਾ ਟੇਕ ਆਉਂਦੇ ਬਾਬਾ ਜੀ ਦੇ ਹਲੇ ਵੇਖ ਕੇ ਦੱਸਿਓ ਸੋਹਣਾ ਕਿ ਨਹੀਂ ਰਾਤੀ ਮੈਂ ਦਿਖਾ ਤਾ ਵੀਡੀਓ ਕਾਲ ਤੇ ਸਾਰਿਆਂ ਨੂੰ ਠੀਕ ਹੈ ਸੋਹਣਾ ਆ ਪਸੰਦ ਆ ਅਨਹਦ ਤਿਆਰ ਹੋਈ ਰਾਤ ਦੀ ਹੁਣ ਉੱਠਣ ਨਹੀਂ ਡਈ ਮੈਂ ਚੱਲ ਸ਼ਾਮਾਂ ਨੂੰ ਆਵਾਂਗੇ ਨਾਲੇ ਮੱਥਾ ਟੇਕ ਆਵਾਂਗੇ ਨਾਲੇ ਗੁਰ ਨਵਾਜ਼ ਆ ਜਾਓ ਉਹਨਾਂ ਚਿਰ ਨੂੰ ਉੱਠੀ ਨਹੀਂ ਅਜੇ ਸੁੱਤੀ ਸੀ ਤੇ ਰਾਤੀ ਮੈਂ ਆਇਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਦੋਂ ਮੈਂ ਲੈ ਕੇ ਆਇਆ ਬੁਲਟ ਤਾਂ ਮੈਂ ਸਿੱਖਿਆ ਪਹਿਲਾਂ ਘਰ ਨਹੀਂ ਜਾਣਾ ਸਿੱਧਾ ਗੁਰਦੁਆਰਾ ਸਾਹਿਬ ਆਉਣਾ ਰਾਤੀ ਆਇਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗਿਆ ਅਤੇ ਹੁਣ ਦਿਨੇ ਬਾਬਾ ਜੀ ਦਾ ਫਿਰ ਸ਼ੁਕਰਾਨਾ ਕਰਨ ਵਾਸਤੇ ਆਇਆ ਅਤੇ ਥੈਂਕ ਯੂ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਬੀਬੀ ਨੂੰ ਮਿਲਣ ਆਇਆ ਘਰ ਤੇ ਬੀਬੀ ਨੂੰ ਮੈਂ ਕਿਹਾ ਆਹ ਤੁਹਾਨੂੰ ਇੱਕ ਚੀਜ਼ ਵਿਖਾ ਕੇ ਲਿਆਵਾਂ ਬੀਬੀਆਂ ਦਾ ਕੀ ਵਿਖਾਉਣਾ ਇੱਕ ਚੀਜ਼ ਲਿਆਂਦੀ ਬੀਬੀ ਨਵੀਂ ਅੱਛਾ ਆਹ ਤੁਹਾਨੂੰ ਵਿਖਾਵਾਂ ਦੱਸਿਓ ਵੇਖ ਕੇ ਨਾਲੇ ਚੰਗੀ ਆ ਵੇਖ ਕੇ ਦੱਸਿਓ ਮੈਂ ਕਿਹਾ ਚੰਗੀ ਆ ਆ ਬਾਹਰ ਆਉਂਗੇ ਲੱਗੀ ਠੀਕ ਆ ਅੱਛਾ ਫਿਰ ਤੇ ਬੜੀ ਖੁਸ਼ੀ ਵਾਲੀ ਗੱਲ ਆ ਹੈ ਫਿਰ ਤੇ ਬਹੁਤ ਬੜੀ ਖੁਸ਼ੀ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਆ
ਮਹਾਰਾਜ ਵਰਤਣੀਆਂ ਦੇਵੇ ਤੁਹਾਨੂੰ, ਬੀਬੀ ਨੂੰ ਵਧਾਈ ਦੇਵੋਗੇ ਜਿਹਦਾ ਕਰਕੇ ਸਾਰਾ ਕੁਝ? ਬਸ ਬੀਬੀ ਨੂੰ ਵਧਾਈ ਦੇ ਮਹਾਰਾਜ, ਰੱਬਾ ਪੁੱਤ ਤੁਹਾਨੂੰ ਵਰਤਣੀਆਂ ਦੇ। ਅੱਗੇ ਤੁਸੀਂ ਲਿਆਂਦੀ ਤੇ ਮੈਨੂੰ ਦੱਸਿਆ ਹੀ ਨੀਗਾ। ਮੈਂ ਤਾਂ ਦੱਸਿਆ ਸੀਗਾ, ਚੇਤਾ ਭੁੱਲ ਗਿਆ। ਨਹੀਂ ਨਹੀਂ ਦੱਸਿਆ ਹੀ ਨਹੀਂ। ਚਲ ਕੋਈ ਗੱਲ ਨਹੀਂ, ਹੁਣ ਸੂਟ ਬਣਾ ਕੇ ਦੇਵਾਂਗੇ। ਆਹੋ ਆਖਿਆ ਸੂਟ ਤੁਹਾਡੇ ਆ, ਵੇ ਸੂਟ ਪਾਉਣ ਡਏ ਆ। ਆਹ ਹੁਣ ਆ ਵਧੀਆ ਵਧੀਆ। ਮੈਂ ਨਾ ਨਿਗਾਹ ਨਹੀਂ ਹੁਣ ਕੰਮ ਕਰਦੀ। ਕੋਈ ਗੱਲ ਨਹੀਂ, ਨਿਗਾਹ ਵੀ ਕਰਾ ਦਿੰਦੇ ਸਹੀ, ਨਿਗਾਹ ਵੀ ਸਹੀ ਕਰਾ ਦਿੰਦੇ। ਪਿੰਡੋਂ ਹੋ ਗਏ, ਹੁਣ ਮੈਂ ਆ ਗਿਆ ਘਰ ਤੇ। ਅਨਹਦ ਬੈਠੀ ਮੇਰੇ ਆਉਂਦਿਆਂ ਨੂੰ, ਅਨਹਦ ਦੇ ਖੱਲੀਆਂ ਪਈਆਂ ਗਰਾਊਂਡ ਗਈ ਕੱਲ ਤੇ ਉੱਥੇ ਸਕੁਆਡ ਲਾਈਆਂ ਤੇ ਬਹੁਤ ਜ਼ਿਆਦਾ ਅਨਹਦ ਦੇ ਖੱਲੀਆਂ ਪੈ ਗਈਆਂ। ਅਨਹਦ ਠੀਕ ਆ, ਅਜੇ ਵੀ ਪੈਣ ਡੀਆਂ ਖੱਲੀਆਂ, ਅਜੇ ਵੀ ਖੱਲੀਆਂ ਪਈਆਂ। ਚੱਲ ਹੁਣ ਰੈਸਟ ਕਰ, ਕੋਈ ਨਹੀਂ ਘੁੱਟ ਦੇਣਾ ਮੈਂ ਤੈਨੂੰ ਤੇ ਇਹ ਖੱਲੀਆਂ ਟੁੱਟ ਜਾਣੀਆਂ ਹੁਣ। ਥੋੜ੍ਹਾ ਟਾਈਮ ਪੈਂਦੀਆਂ ਹੁੰਦੀਆਂ ਫਿਰ ਹਟ ਜਾਂਦੀਆਂ ਹੁੰਦੀਆਂ, ਸਹੀ ਹੋ ਜਾਂਦੀਆਂ ਹੁੰਦੀਆਂ। ਆਹੋ ਆਹੋ, ਇਹਦਾ ਸੂਟ ਜਿਹੜਾ ਆ ਉਹ ਵੀ ਆਪਣਾ ਇੱਕ ਰੈਡੀ ਹੋਣ ਡਿਆ, ਬੜਾ ਸੋਹਣਾ, ਤੁਹਾਨੂੰ ਮੈਂ ਦਿਖਾਉਂਦਾ। ਆਜੋ ਚਲੋ ਜੀ, ਆਹ ਦੋ ਸੂਟ ਸੇਮ ਰੈਡੀ ਹੋਣ ਡਿਆ। ਇਸ ਤੋਂ ਪਹਿਲਾਂ ਇੱਕ ਆਹ ਸੂਟ ਰੈਡੀ ਕੀਤਾ ਸੀਗਾ ਆਪਾਂ, ਇੱਕ ਆਹ ਵਾਲਾ ਆਹ ਜਿਹੜਾ ਰਾਈਡਰ ਰੈਡੀ ਹੋਣ ਡਿਆ, ਇਸੇ ਦੇ ਵਿੱਚ ਇੱਕ ਆਹ ਰੈਡੀ ਹੋਇਆ ਇੱਥੇ। ਹਾਂ ਪੁੱਤ ਜਾਣਾ ਜਾਣਾ ਜਾਣਾ, ਬੁਲਟ ਤੇ ਜਾਵਾਂਗੇ। ਕੋਈ ਨੀ, ਆਪੇ ਉਤਰ ਦੀ ਜਾ ਜਾ ਜਿਹੜੀ। ਤੇ ਨਾਲੇ ਗੁਰਨਵਾਜ ਨੂੰ ਮਿਲਾਂਗੇ, ਚਾਚੂ ਨੂੰ ਮਿਲਾਂਗੇ, ਉਹ ਮਿਲੇ ਨੀ ਗਏ ਆਪਾਂ ਨੂੰ, ਨਾ ਚਾਚੀ ਮਿਲੀ ਨਾ ਚਾਚੂ ਮਿਲਿਆ ਨਾ ਗੁਰਨਵਾਜ ਮਿਲਿਆ। ਆਹੋ ਉਹ ਨਾਨਕੇ ਗਿਆ ਆਪਣੇ, ਆ ਜਿਹੜਾ ਸ਼ਾਮਾਂ ਨੂੰ ਉਹਨੇ, ਫਿਰ ਸਾਰਿਆਂ ਨੂੰ ਮਿਲਦੇ ਹਾਂ। ਤੇ ਹੁਣ ਆਹ ਜਿਹੜੀ ਵੀਡੀਓ ਆਪਾਂ ਇੱਥੇ ਐਂਡ ਕਰ ਦਿੰਦੇ, ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਸਤਿ ਸ਼੍ਰੀ ਅਕਾਲ, ਚੈਨਲ ਨੂੰ ਕਰ ਲਿਓ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਬਾਏ ਬਾਏ, ਟੇਕ ਕੇਅਰ।